ਬੀਤੇ ਦਿਨੀ ਸਰਕਾਰ ਵੱਲੋਂ ਹੁਸ਼ਾਰਪੁਰ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਜਾਰੀ ਕੀਤੀ ਗਈ ਸੀ ਤੇ ਸਰਕਾਰ ਵੱਲੋਂ ਆਉਣ ਵਾਲੀ 26 ਅਗਸਤ ਤੋਂ ਹੁਸ਼ਾਰਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਲੋਕਾਂ ਦੀ ਭਾਰੀ ਮੰਗ ਨੂੰ ਵਕਤਿਆ ਹੋਇਆ ਸ਼੍ਰੀ ਵਿਰਿੰਦਾਵਨ ਲਈ ਟ੍ਰੇਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ 'ਚ ਬਹੁਤ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਸੀ ਕਿਉਂਕਿ ਹੁਸ਼ਾਰਪੁਰ ਜ਼ਿਲ੍ਹੇ ਪਰਚੋ ਵੱਡੀ ਗੱਲ ਤੇ ਸ਼ਰਧਾਲੂ ਸ਼੍ਰੀ ਵਿਰਿੰਦਾਵਨ ਧਾਮ ਦੇ ਦਰਸ਼ਨਾਂ ਲਈ ਜਾਂਦੇ ਨੇ ਤੇ ਹੁਣ ਸਰਕਾਰ ਵੱਲੋਂ ਟ੍ਰੇਨ ਦੀ ਸਮਾਚਾਰਨੀ ਵੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਪਲਾ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਹੁਸ਼ਿਆਰਪੁਰ ਤੋਂ ਚੱਲਣ ਵਾਲੀ ਇਹ ਟ੍ਰੇਨ ਰਾਤ 10:25 ਤੇ ਹੁਸ਼ਿਆਰਪੁਰ ਤੋਂ ਰਵਾਨਾ ਹੋਵੇਗੀ ਜੋ ਕਿ ਸ਼੍ਰੀ ਬ੍ਰਿੰਦਾਵਨ ਲਈ ਮਥੁਰਾ ਸਟੇਸ਼ਨ ਤੇ ਸਵੇਰੇ ਕਰੀਬ 10:00 ਵਜੇ ਪੁੱਜੇਗੀ ਤੇ ਉੱਥੋਂ ਆਗਰਾ ਲਈ ਰਵਾਨਾ ਹੋਵੇਗੀ ਤੇ 10:50 ਤੇ ਆਗਰਾ ਵਿਖੇ ਇਹ ਟ੍ਰੇਨ ਪੁੱਜੇਗੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਇਹ ਟ੍ਰੇਨ ਆਗਰਾ ਸਟੇਸ਼ਨ ਤੋਂ ਸ਼ਾਮ 7:10 ਤੇ ਚੱਲੇਗੀ ਜੋ ਕਿ श्री वृंदावन दे मथुरा स्टेशन ਤੋਂ ਰਾਤ 8 ਵਜੇ ਚਲੇਗੀ ਤੇ ਹੁਸ਼ਿਆਰਪੁਰ ਚ ਸਵੇਰ 9:20 ਤੇ ਪਹੁੰਚੇਗੀ ਜ਼ਿਕਰ ਜੋ ਹੋ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਰਧਾਲੂਆਂ ਵੱਲੋਂ ਹੁਸ਼ਿਆਰਪੁਰ ਤੋਂ ਸ਼੍ਰੀ वृंदावन ਲਈ ਟ੍ਰੇਨ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਕੁਝ ਸਮਾਂ ਪਹਿਲਾਂ ਹੀ ਸ਼੍ਰੀ ਵਿਜੇ ਸਾਪਲਾ ਵੱਲੋਂ ਭਾਰਤ ਸਰਕਾਰ ਨੂੰ ਇਸ ਬਾਬਤ ਚਿੱਠੀ ਵੀ ਲਿਖੀ ਗਈ ਸੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਸ਼ਰਧਾਲੂਆਂ ਲਈ 26 ਅਗਸਤ ਤੋਂ ਟ੍ਰੇਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ we are a multicultural network community we groom competent global citizens to affect positive change around them ਬੀਤੇ ਦਿਨੀ ਸਰਕਾਰ ਵੱਲੋਂ ਹੁਸ਼ਾਰਪੁਰ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਜਾਰੀ ਕੀਤੀ ਗਈ ਸੀ ਤੇ ਸਰਕਾਰ ਵੱਲੋਂ ਆਉਣ ਵਾਲੀ 26 ਅਗਸਤ ਤੋਂ ਹੁਸ਼ਾਰਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਲੋਕਾਂ ਦੀ ਭਾਰੀ ਮੰਗ ਨੂੰ ਵਕਤਿਆ ਹੋਇਆ ਸ਼੍ਰੀ ਵrindavan ਲਈ ਟ੍ਰੇਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ 'ਚ ਬਹੁਤ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਸੀ ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹੇ ਪਰਚੋ ਵੱਡੀ ਗਿਣਤੀ ਚ ਸ਼ਰਧਾਲੂ ਅਸ਼੍ਰੀ ਵ੍ਰਿੰਦਾਵਨ ਧਾਮ ਦੇ ਦਰਸ਼ਨਾਂ ਲਈ ਜਾਂਦੇ ਨੇ ਤੇ ਹੁਣ ਸਰਕਾਰ ਵੱਲੋਂ ਟ੍ਰੇਨ ਦੀ ਸਮਾਚਾਰਨੀ ਵੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਪਲਾ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਹੁਸ਼ਿਆਰਪੁਰ ਤੋਂ ਚੱਲਣ ਵਾਲੀ ਇਹ ਟ੍ਰੇਨ ਰਾਤ 10:25 ਤੇ ਹੁਸ਼ਿਆਰਪੁਰ ਤੋਂ ਰਵਾਨਾ ਹੋਵੇਗੀ ਜੋ ਕਿ ਸ਼੍ਰੀ ਵ੍ਰਿੰਦਾਵਨ ਲਈ ਮਥੁਰਾ ਸਟੇਸ਼ਨ ਤੇ ਸਵੇਰੇ ਕਰੀਬ 10:00 ਵਜੇ ਪੁੱਜੇਗੀ ਤੇ ਉਥੋਂ ਆਗਰਾ ਲਈ ਰਵਾਨਾ ਹੋਵੇਗੀ ਤੇ 10:50 ਮਿੰਟ ਤੇ ਆਗਰਾ ਵਿਖੇ ਇਹ ਟ੍ਰੇਨ ਪੁੱਜੇਗੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਇਹ ਟ੍ਰੇਨ ਆਗਰਾ ਸਟੇਸ਼ਨ ਤੋਂ ਸ਼ਾਮ 7:10 ਮਿੰਟ ਤੇ ਚੱਲੇਗੀ ਜੋ ਕਿ ਸ਼੍ਰੀ ਵ੍ਰਿੰਦਾਵਨ ਦੇ ਮਥੁਰਾ ਸਟੇਸ਼ਨ ਤੋਂ ਰਾਤ 8:00 ਵਜੇ ਚੱਲੇਗੀ ਤੇ ਹੁਸ਼ਿਆਰਪੁਰ 'ਚ ਸਵੇਰ 9:20 ਮਿੰਟ ਤੇ ਪੁੱਜੇਗੀ। ਜ਼ਿਕਰ ਜੋ ਹੋ ਗਿਆ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਰਧਾਲੂਆਂ ਵੱਲੋਂ ਹੁਸ਼ਿਆਰਪੁਰ ਤੋਂ ਸ਼੍ਰੀ ਵ੍ਰਿੰਦਾਵਨ ਲਈ ਟ੍ਰੇਨ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਕੁਝ ਸਮਾਂ ਪਹਿਲਾਂ ਹੀ ਸ਼੍ਰੀ ਵਿਜੇਸਾਪਲਾ ਵੱਲੋਂ ਭਾਰਤ ਸਰਕਾਰ ਨੂੰ ਇਸ ਬਾਬਤ ਚਿੱਠੀ ਵੀ ਲਿਖੀ ਗਈ ਸੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਸ਼ਰਧਾਲੂਆਂ ਲਈ 26 ਅਗਸਤ ਤੋਂ ਟ੍ਰੇਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਵੀ ਆਰ ਅ ਮਲਟੀਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੈਮ